ਜਿੱਦਾਂ ਪਵਨ ਸਰ ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਹੀ ਬਿਜ਼ੀ ਆਰਟਿਸਟ ਨੇ, ਇੱਦਾਂ ਨਹੀਂ ਹੈਗੇ ਕਿ ਘਰੇ ਵਿਹਲੇ ਬੈਠੇ ਨੇ, ਸੋ ਟਾਈਮ ਕੱਢ ਕੇ ਇੱਥੇ ਆਏ ਨੇ ਫਿਲਮ ਨੂੰ ਸਪੋਰਟ ਕਰਨ, ਸੋ ਇਟ ਮੀਨਸ ਉਹਨਾਂ ਦੇ ਕਿਤੇ ਨਾ ਕਿਤੇ ਡੀਪ ਇਨਸਾਈਡ ਦਿਲ ਦੇ ਵਿੱਚ ਇਹ ਗੱਲ ਹੈਗੀ ਹੈ ਕਿ ਮੈਂ ਪੰਜਾਬੀ ਸਿਨੇਮੇ ਨੂੰ ਸਪੋਰਟ ਕਰਨੀ ਹੈ। ਸੋ ਇਹਨਾਂ ਨੇ ਜਿਹੜਾ ਪਹਿਲਾਂ ਵੀ ਕੰਮ ਕੀਤਾ 1984 ਦੇ ਵਿੱਚ ਵੀ, ਉਹ ਵੀ ਬਾ ਕਮਾਲ ਕੰਮ ਕੀਤਾ ਸੀ। ਸੋ ਆਈ ਰੀਅਲੀ ਐਪਰੀਸ਼ੀਏਟ ਐਂਡ ਗ੍ਰੇਟਫੁਲ ਟੂ ਹਿਮ ਕਿ ਉਹ ਬੋਂਬੇ ਤੋਂ ਸਪੈਸ਼ਲ ਸਾਡੀ ਫਿਲਮ ਜੇ ਜੱਟ ਵਿਗੜ ਗਿਆ ਨੂੰ ਸਪੋਰਟ ਕਰ ਰਹੇ ਨੇ। ਐਂਡ ਉਸ ਤੋਂ ਬਾਅਦ ਆਈ ਵਿਸ਼ ਲੱਕ ਟੂ ਅਦੀਪ ਸਹਿਗਲ, ਕਿਉਂਕਿ ਮੇਰੀਆਂ ਸਾਰੀਆਂ ਫਿਲਮਾਂ ਦੇ ਵਿੱਚ ਸਾਰੀਆਂ ਨਵੀਆਂ ਹੀਰੋਇਨਾਂ ਹੁੰਦੀਆਂ ਨੇ, ਸਾਰਿਆਂ ਨੇ ਡੈਬਿਊ ਕੀਤਾ ਹੁੰਦਾ, ਸੋ ਜਿੰਨੀਆਂ ਨੇ ਕੀਤਾ ਸਾਰਿਆਂ ਦਾ ਕਰੀਅਰ ਵਧੀਆ ਹੀ ਆ, ਟੱਚਵੁੱਡ, ਸਾਰੇ ਪ੍ਰੋਡਿਊਸਰਾਂ ਦਾ ਅਤੇ ਹੀਰੋਇਨਾਂ ਦਾ। ਸੋ ਆਈ ਵਿਸ਼ ਹਰ ਲੱਕ ਕਿ ਇਹਨਾਂ ਦਾ ਕਰੀਅਰ ਵਧੀਆ ਜਾਵੇ, ਐਂਡ ਜਿਨ੍ਹਾਂ ਨੇ ਸਾਰੀ ਮਿਹਨਤ, ਸਾਰੀ ਟੀਮ ਨੇ ਮਿਹਨਤ ਕੀਤੀ ਆ, ਉਹ ਸਾਰੀ ਮਿਹਨਤ ਤੁਸੀਂ ਉੱਦਾਂ ਹੀ ਪ੍ਰਵਾਨ ਕਰੋ, ਕਿਉਂਕਿ ਇਸ ਫਿਲਮ ਦੇ ਡਾਇਰੈਕਟਰ ਮਨੀਸ਼ ਭੱਟ ਸਰ ਜੋ ਇੱਥੇ ਹੈ, ਇਸ ਟਾਈਮ ਹੈ ਨਹੀਂ ਕਿਉਂਕਿ ਫਿਲਮ ਦਾ ਪੋਸਟ ਚੱਲਦਾ ਪਿਆ, ਐਂਡ ਉਹਨਾਂ ਨੇ ਬਹੁਤ ਮਿਹਨਤ ਕਰਕੇ ਬਹੁਤ ਵਧੀਆ ਪ੍ਰੈਜੈਂਟੇਸ਼ਨ ਦੇ ਨਾਲ ਤੁਹਾਡੇ ਲਈ ਫਿਲਮ ਤਿਆਰ ਕੀਤੀ ਆ। ਅਮਰਜੀਤ ਸਰਾਵਾਂ ਭਾਅ ਜੀ ਜਿਨ੍ਹਾਂ ਨੇ ਇਸ ਫਿਲਮ ਦਾ ਸਕ੍ਰੀਨ ਪਲੇ ਡਾਇਲੋਗਸ ਲਿਖਿਆ, ਜਨਾਰਦਨ ਮਹਾਰਿਸ਼ੀ ਜਿਨ੍ਹਾਂ ਨੇ ਇਸ ਫਿਲਮ ਦੀ ਸਟੋਰੀ ਲਿਖੀ, ਸੋ ਗੈਰੀ ਥਿਨ ਮੋਸ਼ਨਸ ਤੋਂ, ਐਂਡ ਸਪੈਸ਼ਲੀ ਜਨੇਜਾ ਭਾਅ ਜੀ ਯਾਰ, ਜਨੇਜਾ ਭਾਈ ਲਈ ਤਾਲੀਆਂ ਮਾਰੋ। ਜਨੇਜਾ ਭਾਈ ਤੋਂ ਬਿਨਾਂ ਫਿਲਮ ਰਿਲੀਜ਼ ਨਹੀਂ ਹੋ ਸਕਦੀ ਚੰਡੀਗੜ੍ਹ 'ਚ, ਅਤੇ ਜੇ ਕਿ ਫਿਲਮ ਦੀ ਤੁਹਾਨੂੰ ਸਟੈਂਡਿੰਗ ਨਹੀਂ ਦਿਖ ਰਹੀ ਤਾਂ ਜਨੇਜਾ ਭਾਅ ਜੀ ਕਰਕੇ ਨਹੀਂ, ਅਤੇ ਤੁਸੀਂ ਜਨੇਜਾ ਭਾਈ ਨੂੰ ਜਾ ਕੇ ਕਹਿਣਾ ਭਾਅ ਜੀ ਅਸੀਂ ਫਿਲਮ ਦੇਖਣੀ, ਸਟੈਂਡ ਹੀ ਨਹੀਂ ਹੈਗੀ। ਸੋ ਭਾਅ ਜੀ ਨੇ ਪਿਛਲੀ ਫਿਲਮ ਮੈਡਲ ਦੇ ਵਿੱਚ ਮੇਰੇ ਨਾਲ ਇਕੱਲੇ ਇਕੱਲੇ ਸ਼ਹਿਰ 'ਚ ਜਾ ਕੇ ਅਸੀਂ 225 ਸਕਰੀਨਾਂ 'ਚ ਗਏ ਸੀ, 225 ਥੀਏਟਰਾਂ 'ਚ ਭਾਅ ਜੀ ਮੇਰੇ ਨਾਲ ਗਏ ਨੇ, ਅਤੇ ਆਈ ਐਮ ਰੀਅਲੀ ਥੈਂਕਫੁਲ ਟੂ ਹਿਮ। ਤੋ ਅੱਜ ਸਪੈਸ਼ਲ ਫਿਰ ਸਾਡੀ ਨੈਕਸਟ ਫਿਲਮ ਜੇ ਜੱਟ ਵਿਗੜ ਗਿਆ ਨੂੰ ਸਪੋਰਟ ਕਰਨ ਆਇਆ, ਸੋ ਇਹ ਸਾਡੇ ਲਈ ਬਹੁਤ ਵੱਡੀ ਗੱਲ ਆ। ਹਾਂਜੀ, ਕੈਮਰਾ ਨੀਰਜ ਭਾਅ ਜੀ ਡੀ ਓ ਪੀ ਸਾਡੇ ਸਿਨੇਮੈਟੋਗ੍ਰਾਫਰ, ਸੋ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਪੰਮਾ ਭਾਅ ਜੀ ਐਕਸ਼ਨ, ਅਸੀਂ ਸ਼ੁਰੂ ਤੋਂ ਉਹਨਾਂ ਦੇ ਨਾਲ ਹੀ ਕੰਮ ਕਰਦੇ ਆਏ ਹਾਂ, ਸੋ ਆਈ ਐਮ ਰੀਅਲੀ ਥੈਂਕਫੁਲ ਟੂ ਹਿਮ ਆਲਸੋ, ਕਿਉਂਕਿ ਬਹੁਤ ਬਹੁਤ ਮਿਹਨਤ ਲੱਗਦੀ ਆ ਜਿਹੜੀ ਕੈਮਰੇ ਤੋਂ ਪਿੱਛੇ ਟੀਮ ਕੰਮ ਕਰਦੀ ਆ। ਮੂਹਰੇ ਜੇ ਮੇਨ ਐਕਟਰ ਆ ਉਹ ਖੜ ਕੇ ਦੋ ਡਾਇਲੋਗ ਬੋਲ ਕੇ ਘਰ ਚਲਾ ਜਾ ਸਕਦਾ, ਪਰ ਜਿਹੜੀ ਬੈਕ ਐਂਡ 'ਤੇ ਟੀਮ ਆ ਉਹ ਜਾਂਦੇ ਵੀ ਲੇਟ ਆ ਅਤੇ ਆਉਂਦੇ ਵੀ ਪਹਿਲਾਂ, ਸੋ ਉਹਨਾਂ ਸਾਰਿਆਂ ਦੀ ਐਪਰੀਸ਼ੀਏਸ਼ਨ ਬਣਦੀ ਆ, ਕਿਉਂਕਿ ਉਹਨਾਂ ਤੋਂ ਬਿਨਾਂ ਨਾ ਤਾਂ ਮੈਂ ਕੁਛ ਕਰਨ ਜੋਗਾ ਹਾਂ, ਨਾ ਮੈਂ ਸਾਡੀ ਟੀਮ ਨਾ ਫਿਲਮ ਵਧੀਆ ਬਣ ਸਕਦੀ ਆ। ਸੋ ਬਸ ਇੰਨੀ ਗੱਲ ਆ, ਬਾਕੀ ਟ੍ਰੇਲਰ ਦੇਖ ਕੇ ਤੁਹਾਡੇ ਰਿਵਿਊਜ਼, ਆਈ ਵਾਂਟ ਕਿ ਯਾਰ ਤੁਸੀਂ ਸਾਰੇ ਆਪਣੇ ਰਿਵਿਊਜ਼ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਫੈਮਿਲੀ ਨਾਲ ਸ਼ੇਅਰ ਕਰਿਓ। ਤੁਹਾਨੂੰ ਮੈਡਲ ਵਧੀਆ ਲੱਗੀ? ਵਧੀਆ ਲੱਗੀ ਮੈਡਲ? ਸੋ ਆਈ ਹੋਪ ਕਿ ਇਹ ਫਿਲਮ ਤੁਹਾਨੂੰ ਉਸ ਤੋਂ ਥੋੜ੍ਹੀ ਜ਼ਿਆਦਾ ਵਧੀਆ ਲੱਗੀ, ਕਿਉਂਕਿ ਅਸੀਂ ਉੱਥੋਂ ਜੋ ਗਲਤੀਆਂ ਕੀਤੀਆਂ ਉਹ ਸਿੱਖੀਆਂ ਅਤੇ ਇਹਦੇ 'ਚ ਅਪਲਾਈ ਕੀਤੀਆਂ। ਬਿਨਾਂ ਮਤਲਬ ਅਤੇ ਬਿਨਾਂ ਇਮੋਸ਼ਨਸ ਤੋਂ ਕਿਸੇ 'ਤੇ ਕਿਸੇ ਜਗ੍ਹਾ ਲੜਾਈ ਵੀ ਵਧੀਆ ਨਹੀਂ ਲੱਗਦੀ। ਸੋ ਇਹ ਹੌਲੀ ਸੌਲੀ ਐਕਸ਼ਨ ਫਿਲਮ ਨਹੀਂ ਹੈਗੀ, ਇਹਦੀ ਪਰਸੈਪਸ਼ਨ ਵੀ ਇੱਦਾਂ ਦੀ ਨਹੀਂ। ਬੇਸਿਕਲੀ ਇਹ ਫੈਮਿਲੀ ਡਰਾਮਾ ਮੂਵੀ ਆ, ਜਦੋਂ ਤੁਸੀਂ ਇਹਨੂੰ ਫੈਮਿਲੀ ਨਾਲ ਇੰਜੋਏ ਕਰੋਗੇ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਦੇਖਣ ਨੂੰ ਅਤੇ ਮਹਿਸੂਸ ਹੋਣਗੀਆਂ ਜਿਹੜੀਆਂ ਤੁਸੀਂ ਆਪਣੇ ਘਰ ਦੇ ਵਿੱਚ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ, ਤੁਸੀਂ ਜਿਹੜਾ ਰਿਸ਼ਤਾ ਉਹਦੇ ਨਾਲ ਰੱਖਦੇ ਹੋ ਉਹੀ ਰਿਸ਼ਤਾ ਤੁਹਾਨੂੰ ਇਸ ਫਿਲਮ ਦੇ ਵਿੱਚ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਹਦਾ ਮੇਨ ਫੋਕਸ ਅਸੀਂ ਇਹ ਨਹੀਂ ਰੱਖਿਆ ਕਿ ਅਸੀਂ ਬਹੁਤ ਐਕਸ਼ਨ ਇੱਦਾਂ ਕਰਨਾ, ਹਾਂ ਹਾਲਾਤ ਇੱਦਾਂ ਦੇ ਨੇ, ਉਸ ਹਾਲਾਤ ਦੇ ਵਿੱਚ ਉਹਦਾ ਦੀਆਂ ਚੀਜ਼ਾਂ ਜਿੱਦਾਂ ਦੀਆਂ ਚਾਹੀਦੀਆਂ ਨੇ ਉਸ ਕਰੈਕਟਰ ਨੂੰ, ਉਹ ਪੂਰੀਆਂ ਅਸੀਂ ਕੋਸ਼ਿਸ਼ ਕੀਤੀ ਹੈ ਕਰਨ ਦੀ, ਐਂਡ ਉਹਦੇ ਐਕਸਟ੍ਰੀਮ ਤੱਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਉਹ ਇਮੋਸ਼ਨ ਦੀ ਗੱਲ ਕੀਤੀ ਜਾਵੇ, ਜੇ ਉਹ ਡੈਪਥ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਐਕਸਟ੍ਰੀਮ ਆ, ਜੇ ਉਹ ਐਕਸ਼ਨ ਦੀ ਗੱਲ ਕੀਤੀ ਜਾਵੇ ਉਹ ਐਕਸਟ੍ਰੀਮ ਆ। ਜੀ ਸਰ, ਜਦੋਂ ਆਪਾਂ ਐਕਸ਼ਨ ਪਲਾਨ ਕਰਦੇ ਹਾਂ ਨਾ, ਹਾਂਜੀ ਵਿੱਚ ਵੀ ਗੱਲ ਹੈ, ਐਕਸ਼ਨ ਮਾਸਟਰ ਵੀ ਆਉਂਦੇ ਨੇ, ਤੁਹਾਡੇ ਇੱਦਾਂ ਵੀ ਹੋਇਆ ਮਤਲਬ ਵੀ ਐਕਸ਼ਨ ਡਾਇਰੈਕਟਰ ਦੀ ਕੋਈ ਚੀਜ਼ ਸਮਝਾਈ ਹੈ, ਤੁਸੀਂ ਕਿਹਾ ਵੀ ਨਹੀਂ ਆ ਇਹ ਜਿਹੜਾ ਐਕਸ਼ਨ ਹੈਗਾ ਕਿਸੇ ਫਿਲਮ ਨਾਲ ਕੋਆਰਡੀਨੇਟ ਕਰ ਦਿੱਤਾ ਬੱਚੇ ਨੂੰ ਕਰੀਏ? ਭਾਅ ਜੀ ਬੇਸਿਕਲੀ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਨਾ, ਟੀਮ ਵਰਕ ਹੁੰਦਾ, ਅਤੇ ਜਦੋਂ ਕਿਸੇ ਬੰਦੇ ਦਾ ਕੋਈ ਵੀ ਆਈਡੀਆ ਹੁੰਦਾ, ਕਿਉਂਕਿ ਇਹ ਦੁਨੀਆ ਬੜੀ ਛੋਟੀ ਆ ਅਤੇ ਜਿਹੜੇ ਆਈਡੀਆਜ਼ ਨੇ ਉਹ ਬਹੁਤ ਘੱਟ ਨੇ, ਸੋ ਜੇ ਕਿਸੇ ਨਾਲ ਜੇ ਉਹ ਟੀਮ ਨੂੰ ਹੀ ਨਹੀਂ ਪਤਾ ਕਿ ਤੁਹਾਡਾ ਕਿਤੇ ਐਕਸ਼ਨ ਮੈਚ ਕਰ ਰਿਹਾ, ਉਹਦਾ ਫਿਰ ਕਿਸੇ ਦਾ ਕਸੂਰ ਨਹੀਂ। ਬਟ ਕਈ ਵਾਰੀ ਕੋਈ ਆਈਡੀਆ ਕਿਤੇ ਨਾ ਕਿਤੇ ਉਹ ਤੁਹਾਡੇ ਦਿਮਾਗ ਸਬਕੌਂਸ਼ੀਅਸ ਮਾਇੰਡ 'ਚ ਬੈਠਾ ਜ਼ਰੂਰ ਹੁੰਦਾ,
ਸੋ ਜਦੋਂ ਤੁਸੀਂ ਕੋਈ ਕੰਮ ਕਰਦੇ ਨਾ ਉਹ ਚੀਜ਼ ਦੇਖੀ ਜਾਂਦੀ ਹੈ ਤੁਹਾਡੇ ਕੰਮ ਦੇ ਵਿੱਚ ਕਿਤਿਓਂ ਨਾ ਕਿਤਿਓਂ, ਬਟ ਉਹ ਮੇਕ ਸ਼ੋਰ ਕਰੋ ਕਿ ਉਹਦੇ 'ਚ ਤੁਹਾਡਾ ਸਟਾਈਲ ਜ਼ਰੂਰ ਹੋਵੇ। ਸੋ ਕਈ ਵਾਰੀ ਪੰਮਾ ਭਾਜੀ ਨੇ ਐਕਸ਼ਨ ਕੀਤਾ ਐਂਡ ਉਹ ਉਹਨਾਂ ਕੋਲ ਰੈਫਰੈਂਸਿਸ ਹੁੰਦੇ ਨੇ, ਕਿਉਂਕਿ ਜਦੋਂ ਤੁਸੀਂ ਚੀਜ਼ ਕਰਨੀ ਆ ਉਹ ਹਮੇਸ਼ਾ ਜਦੋਂ ਐਕਟਰ ਨੂੰ ਜਾਂ ਡਾਇਰੈਕਟਰ ਨੂੰ ਜੋ ਤੁਹਾਡਾ ਵਿਜ਼ਨ ਆ ਕਈ ਵਾਰੀ ਤੁਸੀਂ ਵਰਡਸ ਦੇ ਵਿੱਚ ਐਕਸਪਲੇਨ ਨਹੀਂ ਕਰ ਪਾਉਂਦੇ ਤਾਂ ਤੁਸੀਂ ਉਹਦੀ ਇੱਕ ਵੀਡੀਓ ਬਣਾ ਕੇ ਲੈ ਕੇ ਆਉਂਦੇ ਹੋ ਕਿ ਮੈਂ ਇੱਦਾਂ ਸੋਚਦੇ, ਫਿਰ ਉਹਦੇ 'ਚ ਅਸੀਂ ਆਪਣਾ ਰੰਗ ਪਾ ਸਕਦੇ ਹਾਂ। ਸੋ ਇੱਦਾਂ ਬਹੁਤ ਵਾਰੀ ਹੁੰਦਾ ਪੰਮਾ ਭਾਜੀ ਕੋਈ ਇੱਦਾਂ ਚੀਜ਼ ਕਹਿੰਦੇ ਆ ਕਿ ਆਪਾਂ ਇਹਨੂੰ ਇਸ ਤਰੀਕੇ ਨਾਲ ਕਰਦੇ ਹਾਂ, ਅਤੇ ਮੈਂ ਕਹਿੰਦਾ ਭਾਜੀ ਆਪਾਂ ਇੱਦਾਂ ਵੀ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਜਿੱਦਾਂ ਮੈਡਲ 'ਚ ਸਾਡਾ ਘੋੜੇ ਵਾਲਾ ਸੀਨ ਸੀ, ਉਹ ਹੌਲੀ ਸੋਲੀ ਮਨੀਸ਼ ਸਰ ਦਾ ਆਈਡੀਆ ਸੀ। ਇਸ ਫਿਲਮ ਦੇ ਵਿੱਚ ਜਦੋਂ ਤੁਸੀਂ ਇਹਦਾ ਐਕਸ਼ਨ ਦੇਖਦੇ ਹੋ ਤਾਂ ਉਹ ਜਿਹੜੀ ਕਰੇਨ ਆਉਂਦੀ ਆ ਅੱਗੇ, ਉਹ ਹੌਲੀ ਸੋਲੀ ਟ੍ਰੇਲਰ 'ਚ ਵੀ ਦੇਖ ਰਹੇ ਤੁਸੀਂ, ਉਹ ਹੌਲੀ ਸੋਲੀ ਮਨੀਸ਼ ਸਰ ਦਾ ਹੀ ਆਈਡੀਆ ਸੀ। ਐਂਡ ਉਹ ਜਿਹੜਾ ਬਿਲਕੁਲ ਬੰਦਾ ਇੱਦਾਂ ਉੱਪਰ ਜਾਂਦਾ ਜਿਹੜਾ ਐਂਡ ਦੇ ਵਿੱਚ ਜਿੱਥੇ ਟ੍ਰੇਲਰ ਖਤਮ ਹੁੰਦਾ, ਉਹ ਸਾਰਾ ਮੈਂ ਸੋਚਿਆ ਸੀ ਕਿ ਐਂ ਬੰਦਾ ਇੱਦਾਂ ਉੱਤੇ ਜਾਵੇ ਤਾਂ ਵਧੀਆ ਲੱਗੂਗਾ। ਸੋ ਇਹ ਕੰਪਲੀਟ ਟੀਮ ਵਰਕ, ਇਟਸ ਨੋਟ ਸਾਡੇ ਤੋਂ ਬਚਾ ਰਹੇ ਪ੍ਰੀਕੋਸ਼ਨਸ ਵਧੀਆ ਹੋਣੀ ਚਾਹੀਦੀਆਂ। ਸੋ ਪਰ ਹਲੇ ਤੁਹਾਨੂੰ ਪਤਾ ਆਪਾਂ ਜਿੱਦਾਂ ਦੇ ਹੈਗੇ ਆ ਕਿ ਪਰ ਸੱਟ ਲੱਗੀ ਥੋੜੀ ਥੋੜੀ, ਹਲਕੀ ਹਲਕੀ ਲੱਗਣੀ ਵੀ ਜ਼ਰੂਰੀ ਆ ਕਿਉਂਕਿ ਨਿਸ਼ਾਨੀ ਰਹਿ ਜਾਂਦੀ ਫਿਲਮ ਦੀ।